ਜੀ ਉਧਰ ਸਮਾਜ ਸੇਵਾ ਦੇ ਵਿੱਚ ਮੋਰੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਵੱਲੋਂ ਇੱਕ ਹੋਰ ਵਿਲੱਖਣ ਉਪਰਾਲਾ ਕੀਤਾ ਜਾ ਰਿਹਾ ਹੈ। ਟਰੱਸਟ ਦੇ ਵੱਲੋਂ ਪੰਜਾਬ, ਹਰਿਆਣਾ ਅਤੇ ਦਿੱਲੀ NCR ਦੇ ਵਿੱਚ 8 ਜਨਵਰੀ ਤੋਂ 15 ਜਨਵਰੀ ਤੱਕ ਟ੍ਰੈਫਿਕ ਸਪਤਾਹ ਮਨਾਇਆ ਜਾਵੇਗਾ, ਜਿਸ ਦੇ ਦੌਰਾਨ 20 ਲੱਖ ਰਿਫਲੈਕਟਿੰਗ ਸਟicker ਵੱਖੋ ਵੱਖਰੀਆਂ ਗੱਡੀਆਂ ਤੋਂ ਲਗਾਏ ਜਾਣਗੇ। ਟਰੱਸਟ ਦੇ ਮੈਨੇਜਿੰਗ ਟ੍ਰਸਟੀ SP ਸਿੰਘ ਓਬਰਾਏ ਨੇ ਦੱਸਿਆ ਕਿ ਇਹ ਸਪਤਾਹ ਪੰਜਾਬ ਦੇ ਸਾਰੇ 27 ਪੁਲਿਸ ਜ਼ਿਲ੍ਹਿਆਂ, ਹਰਿਆਣਾ ਦੇ 8 ਜ਼ਿਲ੍ਹਿਆਂ ਅਤੇ ਦਿੱਲੀ NCR ਖੇਤਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਕਾਬਲੇਗੌਰ ਹੈ ਕਿ ਪਿਛਲੇ ਸਾਲ ਵੀ ਟਰੱਸਟ ਦੇ ਵੱਲੋਂ ਪੰਜਾਬ ਦੇ ਵਿੱਚ 13 ਲੱਖ ਰਿਫਲੈਕਟਿੰਗ ਸਟicker ਵੱਖ ਵੱਖ ਵਾਹਨਾਂ ਤੇ ਫਿਕਸ ਕੀਤੇ ਗਏ ਸਨ। ਸਪਤਾਹ ਦੀ ਸ਼ੁਰੂਆਤ 8 ਜਨਵਰੀ ਤੋਂ ਹਰਿਆਣਾ ਦੇ ਕਰਨਾਲ ਤੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਨਿਫਾ ਦੇ ਮੁੱਖ ਸੰਚਾਲਕ ਪ੍ਰਿਤਪਾਲ ਸਿੰਘ ਪੰਨੂ ਦੇ ਵੱਲੋਂ ਰਿਫਲੈਕਟਿੰਗ ਸਟicker ਲਗਾਉਣ ਦੇ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ।